ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੀ ਲੜੀ ਚ ਤਰਨ ਤਾਰਨ ਜ਼ਿਲ੍ਹੇ ਚ 4 ਵਿਧਾਨ ਸਭਾ ਹਲਕਾ ਤਰਨ ਤਾਰਨ ਖੇਮਕਰਨ ਪੱਟੀ ਅਤੇ ਖੰਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹਾਸਲ ਹੋਈ ਹੈ। ਵੋਟਾਂ ਦੀ ਗਿਣਤੀ ਦੀ ਜਾਣਕਾਰੀ ਦਿੰਦਿਆਂ ਪਿੰਡ ਚੱਬਲ ਦੇ ਸਰਪੰਚ ਹਰਜਿੰਦਰ ਸਿੰਘ ਜਿੰਦਾ ਅਤੇ ਪੰਘਾਲਾ ਪਿੰਡ ਦੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਹਰਮਨ ਪਿਆਰੇ ਹਰਮਿੰਦਰ ਸਿੰਘ ਗਿੱਲ ਵੱਲੋਂ ਲਗਾਤਾਰ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਹਮਦਰਦ ਬਣਦੇ ਰਹੇ ਹਨ। ਇਸ ਵਾਰ ਲੋਕਾਂ ਨੇ ਉਹਨਾਂ ਦੀ ਮਾਣਮਤੀ ਜਿੱਤ ਦਿੱਤੀ ਹੈ। ਉਹਨਾਂ ਨੇ ਪੱਟੀ ਹਲਕੇ ਦੇ ਵਰਕਰਾਂ ਦੇ ਤਹਿ ਦਿਲੋਂ ਧੰਨਵਾਦ ਵੀ ਕੀਤਾ। 12 ਰਾਊਂਡ ਹੋ ਗਏ ਆ ਜੀ, 8000 ਦੀ ਲੀਡ ਹੋ ਗਈ ਹੈ। ਸਾਡੀ ਸੋਚ ਮੁਤਾਬਕ 10000 ਦੇ ਗਿੱਲ ਸਾਹਿਬ ਲੀਡ ਕਰਨਗੇ। ਇਹ ਬਹੁਤ ਵੱਡੀ ਗੱਲ ਆ ਜੀ, ਸਾਡੇ ਪੱਟੀ ਹਲਕੇ ਵਾਸਤੇ ਬਹੁਤ ਵੱਡਾ ਮਾਣ ਹੈ। ਗਿੱਲ ਸਾਹਿਬ ਦੇ ਜਿੱਤ ਕੇ ਚੱਲਦੇ ਹਰਮਿੰਦਰ ਸਿੰਘ ਗਿੱਲ ਜਿੱਤ ਕੇ ਬਾਹਰ ਆ ਰਹੇ ਨੇ, ਕੀ ਆਸ ਕਰਦੇ ਤੁਸੀਂ, ਕੀ ਵਿਕਾਸ ਕਰੋਗੇ ਆਪਣੇ ਪਿੰਡ ਬਾਰੇ ਜਾਂ ਤੁਹਾਡੇ? ਅਜੇ ਜੀ ਪਿੰਡ ਦਾ ਵਿਕਾਸ ਪਹਿਲੇ ਨੰਬਰ 'ਤੇ ਕਰਾਂਗੇ। ਗਿੱਲ ਸਾਹਿਬ ਤੋਂ ਵੱਧ ਗਰਾਂਡਾਂ ਲੈ ਕੇ ਜੀ ਪਹਿਲੇ ਨੰਬਰ 'ਤੇ ਪਿੰਡ ਦਾ ਵਿਕਾਸ ਕਰਾਂਗੇ, ਸਾਂਝੇ ਕੰਮ ਕਰਾਂਗੇ, ਈਰਖਾਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਜਿਹੜਾ ਵਾ ਪਿੰਡ ਨੂੰ ਵੀ ਅੱਗੇ ਲਿਜਾਇਆ ਜਾਓ, ਹਲਕੇ ਤੋਂ ਉਹਨੂੰ ਵੀ ਅੱਗੇ ਲਿਜਾਇਆ ਜਾਓ ਜੀ। ਗਿੱਲ ਸਾਹਿਬ ਦੀ ਸੋਚ ਹੀ ਇਹੋ ਜਿਹੀ ਆ ਜੀ, ਸਾਰਾ ਇਲਾਕਾ ਹੀ ਉਹਨਾਂ ਨੇ ਅੱਗੇ ਕਰਨਾ। ਤਰਨ ਤਾਰਨ ਤੋਂ ਨਿਸ਼ਾਨ ਸਹੋਤਾ, ਜੀਵੇ ਪੰਜਾਬ ਲਈ।